₹3200 ਵਿੱਚ ਤਬਲਾ ਹੈਗਾ। ਆ ਨਾਨਕ ਸ਼ਾਹੀ ਰਬਾਬ ਹੈ, ਇਹ ਅਫਗਾਨੀ ਰਬਾਬ ਹੈ, ਬਹੁਤ ਸਪੈਸ਼ਲ ਹੈ। ਖੜੀ ਕੰਗੀ ਦਾ ਹਾਰਮੋਨੀਅਮ ਹੈ, ਰਮਤਾ ਤੁੰਬੀ ਦੀ ਫਲੈਟ ਚ। बढ़िया सी वीडियो में आपका स्वागत है और आज की वीडियो में आपको दिखाने जा रहे सस्ती रेंज में बढ़िया से प्रोडक्ट, यानी कि ₹3200 में तबला स्टार्ट और ₹1200 में गिटार और हारमोनियम। बढ़िया सी वीडियो होने वाली है और उन फ्रेंड को शेयर कर दो यार जो म्यूजिक के प्रोडक्ट खरीदना चाहते हैं और घर को डेकोरेशन करना चाहते हैं। और लोकेशन की बात करूँ, इस समय हम जलंधर में है, फुल डिटेल है आपको वीडियो के एंड में बताएंगे। तो आओ अंदर सरदार जी से बात करते हैं और जानते हैं क्या घर रहने वाला है, आओ मेरे साथ। सत श्री अकाल जी। सत श्री अकाल जी। ये बड़ा सुनया कि बहुत ही सस्ते प्रोडक्ट दे रहे हो, वो भी बढ़िया क्वालिटी में। हाँ जी हाँ जी, जेडे कोई सीखना चाहते हैं, घट उन्हों का बजट घट हों, वे वास्ते भी असं हारमोनीयम तबला बहुत घट रेंज च सब तो सस्ता इतने दे रहे हैं। फिर क्वालिटी में कोई कंप्रोमाइज होगा? नहीं नहीं, किसी पास कोई दिक्कत नहीं आऊगी, थोड़ा क्वालिटी भी वधिया होगी, क्वालिटी वधिया, रेट घट। ਕਿਆ ਬਾਤ ਹੈ ਜੀ। ਔਰ ਕਿੰਨਾ ਚਿਰ ਹੋ ਗਿਆ ਆਪਣੀ ਦੁਕਾਨ ਨੂੰ? ਆਪਣੀ ਦੁਕਾਨ ਨੂੰ ਇੱਥੇ 6-7 ਸਾਲ ਹੋਏ ਆ, ਬਾਕੀ ਉਦਾਂ ਸਾਡਾ ਹਾਰਮੋਨੀਅਮ ਦਾ 35 ਸਾਲ ਪੁਰਾਣਾ ਕੰਮ ਆ। ਹਾਰਮੋਨੀਅਮ, ਤਬਲਾ, ਢੋਲ ਢੋਲਕ ਸਾਰਾ ਕੁਝ ਆਪਣੇ ਤਿਆਰ ਹੋ ਰਿਹਾ। ਕਿਆ ਬਾਤ ਹੈ ਜੀ, ਜਿਹੜਾ ਦਿਖਾਉਂਗੇ ਜੀ? ਆ ਬੇਟਾ ਦਿਖਾਉਂਦਾ ਜੀ। ਮੇਰਾ ਨਾਮ ਹਰਸਿਮਰਪ੍ਰੀਤ ਸਿੰਘ ਹੈ ਤੇ ਮੈਂ ਤੁਹਾਨੂੰ ਸ਼ੁਰੂਆਤ ਵਾਲਾ ਤਬਲਾ ਦਿਖਾਉਣ ਜਾ ਰਿਹਾ ਵਾਂ, ਜਿਹੜਾ ਕਿ ₹3200 ਵਿੱਚ ਹੈਗਾ। ₹3200 ਵਿੱਚ ਵਜਾ ਕੇ ਦਿਖਾਉਂਗੇ ਜਿਹੜਾ ਜੀ? ਕਲੈਰਟੀ ਉਹੀ ਵਾਲੀ ਹੈ ਜਿਹੜੀ ਅਸੀਂ ਵਧੀਆ ਵਾਲੇ ਤਬਲੇ ਵਿੱਚ ਸੁਣਦੇ ਹਾਂ। ਤੇ ਭਾਈ ਗੱਲ ਕੀਤੀ ਹੈ ਪ੍ਰੋਫੈਸ਼ਨਲ ਤਬਲੇ ਬਾਰੇ, ਦਿਖਾਉਂਗੇ ਕਿਹੜਾ ਹੈਗਾ ਜੀ? ਹਾਂਜੀ ਪ੍ਰੋਫੈਸ਼ਨਲ ਫਿਰ ਸਾਡੇ ਕੋਲ ਆ ਮਿਲ ਜਾਣਾ ਦੂਜਾ। ਲਓ ਜੀ, ਪਿੱਤਲ ਦੀ ਡੁੱਗੀ ਆ ਜਾਣੀ ਹੈ, ਟਾਲੀ ਦਾ ਚੱਠੂ, ਪਿੱਤਲ ਦੀ ਡੋਟ ਵਾਲੀ ਡੁੱਗੀ ਹੈ। ਤੇ ਜਿਹੜੀ ਉਹਦੇ ਵਿੱਚ ਮਿਲੂਗੀ ਉਹ ਤੁਹਾਨੂੰ ਕਿਹੜੀ ਮਿਲੂਗੀ? ਉਹਦੇ ਵਿੱਚ ਲੋਹੇ ਦੀ ਮਿਲੇਗੀ ਜੀ, ਤੇ ਚੱਠੂ ਸੇਮ ਹੀ ਰਹੇਗਾ, ਟਾਲੀ ਦਾ ਚੱਠੂ ਰਹੇਗਾ। ਇਹਦੇ ਵਿੱਚ ਦੋਵੇਂ ਹੈਂਡਮੇਡ ਪੂੜੇ ਆ ਜਾਂਦੇ ਆ। ਉਹਦੇ ਵਿੱਚ ਰੈਡੀਮੇਡ ਪੂੜੇ ਆ ਜੀ? ਉਹਦੇ ਵਿੱਚ ਰੈਡੀਮੇਡ ਆ, ਇਹਦੇ ਵੀ ਤੁਸੀਂ। ਔਰ ਇਹ ਉੱਚੇ ਸਕੇਲ ਤੇ ਆ ਜੀ? ਮੋਸਟਲੀ ਦੂਜੇ ਗਾਲੇ ਦਾ ਚੱਲਦਾ ਇਹਦਾ ਚੱਠੂ। ਤੋ ਇਹ ਤੋਂ ਹੋ ਗਏ ਤਬਲੇ, ਤੋ ਆਗੇ ਬਾਤ ਕਰੇ ਜੋ ਗਿਟਾਰ ਕੇ ਬਾਰੇ ਮੈਂ ਆਪ ਬਤਾ ਰਹੇ ਥੇ। ਗਿਟਾਰ ਸ਼ੁਰੂ ਹੋ ਜਾਂਦੀ ₹1600 ਤੋਂ, ਬਾਰਾਂ ਸੌ ਰੁਪਏ ਵਿੱਚ ਯੂਕੇਲੇਲ ਮਿਲ ਜਾਏਗੀ ਜਿਹੜੀ ਕਿ ਆਗਲੀ ਹੈ। ਅੱਛਾ, ਗਿਟਾਰ ਦਾ ਬੱਚਾ? ਹਾਂ, ਗਿਟਾਰ ਦਾ ਬੱਚਾ, ਇਹਨੂੰ ਕਿ ਜ਼ਿਆਦਾਤਰ ਯੂਜ਼ ਕਰਦੇ ਆ ਟਰੈਵਲਿੰਗ ਦੇ ਵਕਤ, ਇਹਨੂੰ ਮਤਲਬ ਕੈਰੀ ਕਰਨਾ ਵੀ ਸੌਖਾ ਅਤੇ ਲੈ ਜਾਂਦੇ ਜਿੱਦਾਂ। ਔਰ ਈਵਨਲੀ ਘਰ ਵਿੱਚ ਡੈਕੋਰੇਟਿਵ ਪੀਸ ਵਾਂਗੂ ਵੀ ਤੁਸੀਂ ਸਜਾ ਮਤਲਬ ਉਹਦੇ ਲਈ ਵੀ ਵਰਤ ਸਕਦੇ ਆ। ਔਰ ਮੈਂ ਦੇਖ ਰਿਹਾ ਜੀ ਤਬਲੇ ਦੇ ਨਾਲ ਜਿਹੜੀਆਂ ਠੋੜੀਆਂ ਵੀ, ਇਹ ਵੀ ਤੁਸੀਂ ਬਹੁਤ ਸ਼ਾਨਦਾਰ ਰੱਖੀ ਹੋਈਆਂ ਜੀ। ਹਾਂਜੀ ਹਾਂਜੀ, ਇਹ ਵੀ ਸਪੈਸ਼ਲ ਥੋੜੀ ਜਿਹੜੀ ਕਿ ਮਤਲਬ ਖਿੱਚੀ ਪਾਉਣ ਦੇ ਕੰਮ ਵੀ ਆਉਂਦੀ ਹੈ ਤਬਲੇ ਨੂੰ। ਪ੍ਰੋਪਰ ਪਿੱਤਲ ਹੈ ਰੰਗ ਕੀਤਾ? ਨਹੀਂ, ਇਹ ਮਤਲਬ ਪੇਂਟ ਕੀਤਾ ਹੁੰਦਾ ਉੱਪਰ। ਓਕੇ, ਪਿੱਤਲ ਵਾਲੀ ਵੀ ਮਿਲ ਜੂਗੀ ਜੀ? ਪਿੱਤਲ ਵਾਲੀ ਵੀ ਮਿਲ ਜਾਏਗੀ, ਉਹ ਆਰਡਰ ਤੇ ਮਿਲ ਜਾਏਗੀ। ਕਿਆ ਬਾਤ ਹੈ ਜੀ। ਹੋਰ ਹੈਗੀ ਸਾਡੇ ਕੋਲ ਤੁੰਬੀਆਂ ਵੀ ਮਿਲ ਜਾਣਗੀਆਂ ਸਪੈਸ਼ਲ, ਜਿਵੇਂ ਕਿ ਕੱਦੂ ਦੀ ਵੀ ਆ, ਜਿੱਦਾਂ ਰਮਤਾ ਤੁੰਬੀ ਵੀ ਆ ਫਲੈਟ ਜਿੱਦਾਂ। ਰਮਤਾ ਤੁੰਬੀ ਕੀ ਹੁੰਦੀ ਜੀ? ਮਤਲਬ ਇਹ ਫਲੈਟ ਵਾਲੀ ਜਿਹੜੀ, ਜਿੱਤੇ ਕਿ ਸੁਰ ਲਾਣੇ ਥੋੜੇ ਸੌਖੇ ਹੋ ਜਾਂਦੇ ਆ, ਜਿੱਦਾਂ ਗੋਲ ਆਉਂਦੀ ਆ, ਇਹਨੂੰ ਰਮਤਾ ਤੁੰਬੀ ਕਹਿੰਦੇ ਆ, ਕਢਾਈ ਵਾਲੀ ਹੈਗੀ ਆ। ਤੇ ਆ ਪਿੱਛੇ ਹੁਣ ਲਟਕਣ ਵਗੈਰਾ ਵੀ ਲਗਾਏ ਹੋਏ ਆ? ਹਾਂਜੀ, ਇਹ ਵੀ ਮਤਲਬ ਫੁੰਮਣ ਲੱਗ ਜਾਂਦੇ ਆ, ਲਟਕਣ ਵਗੈਰਾ ਸਾਰਾ ਕੁਝ। ਕਿਆ ਬਾਤ ਹੈ ਜੀ। ਔਰ ਆ ਚੈੱਕ ਕਰ ਸਕਦੇ ਹੋ ਕਿ ਤਬਲੇ ਦੇ ਬੇਸ਼ੁਮਾਰ ਵਰਾਇਟੀ ਪਈ ਹੋਈ ਆ। ਉੱਪਰ ਵਾਲੇ ਕਿਹੜੇ ਪਏ ਜੀ? ਉੱਪਰ ਵਾਲੇ ਤਬਲੇ ਹੈਂਡਮੇਡ ਵੀ ਆ ਪੁੜੇ,
ਤੇ ਇੱਧਰ ਪਿੱਤਲ ਵਾਲੀਆਂ ਡੁੱਗੀਆਂ ਪਈਆਂ, ਸਟੀਲ ਦਾ ਵੀ ਮਿਲ ਜਾਏਗਾ, ਮਤਲਬ ਸਟੀਲ ਦਾ ਵੀ ਮਿਲ ਜਾਏਗਾ ਔਰ ਨਾਲ ਪਿੱਤਲ ਦਾ ਵੀ ਮਿਲ ਜਾਏਗਾ ਪਿੱਤਲ ਵਿੱਚ? ਹਾਂਜੀ ਹਾਂਜੀ, ਨਿਕਲ ਹੋ ਜਾਂਦਾ ਉਹ ਤੇ ਕਸਟਮਰ ਦੀ ਡਿਮਾਂਡ ਤੇ ਹੀ ਆ, ਉਹ ਕਹਿਣ ਤੇ ਪਹਿਲਾਂ ਨਿਕਲ ਕਰਵਾ ਦਈਦਾ, ਉਹ ਪੂੜਾ ਮੜਨ ਤੋਂ ਪਹਿਲਾਂ ਹੀ ਮਤਲਬ ਹੁੰਦਾ ਕੰਮ ਜਿਹੜਾ। ਤੇ ਆਹ ਨੀਚੇ ਜਿਹੜੇ ਪੂੜੇ ਮੈਂ ਚੈੱਕ ਕਰ ਰਿਹਾ ਤੇ ਨਾਲ ਢੋਲ ਵੀ ਬੜਾ ਸਪੈਸ਼ਲ ਦਿਖ ਰਿਹਾ, ਪਹਿਲਾਂ ਢੋਲ ਬਾਰੇ ਦੱਸੋਗੇ ਜੀ? ਹਾਂਜੀ, ਇਹ ਢੋਲ ਜਿੱਦਾਂ ਜਾਗੋਆਂ ਤੇ ਵਜਾਇਆ ਜਾਂਦਾ ਟ੍ਰਾਂਸਪੇਰੈਂਟ ਢੋਲ ਕਹਿੰਦੇ ਇਹਨੂੰ, ਸਾਰੀ ਲਾਈਟਿੰਗ ਲੱਗੀ ਹੁੰਦੀ ਵਿੱਚ ਇਹਦੇ। ਇਹ ਤਬਲੇ ਦੇ ਪੂੜੇ ਜਿਹੜੇ ਕਿ ਤਿਆਰ ਕੀਤੇ ਹੋਏ ਆ 5-5.5 ਰਿਆਲ ਲਈ, ਜਿਹੜੇ ਕਿ ਬਿਗਨਰ ਆਉਂਦੇ ਆ ਉਹਨਾਂ ਲਈ। ਔਰ ਆਹ ਚੈੱਕ ਕਰੋ ਜੀ, ਜਿਹੜਾ ਗਜਰਾ ਹੈਗਾ ਪ੍ਰੋਪਰ ਇੱਕਦਮ ਬੜੀਆ ਸੇ ਮਤਲਬ ਡਿਜ਼ਾਈਨ ਕੀਆ ਗਿਆ, ਆਹ ਢੱਡ ਵੀ ਪਈ ਹੈ ਜੀ, 27 ਸਾਜ਼ ਵੀ ਸਾਰੇ ਮਿਲ ਜਾਣਗੇ, ਜਿਵੇਂ ਕਿ ਆਹ ਸਰੰਗੀ ਹੈ, ਸਰੰਗੀ ਮਿਲ ਜਾਏਗੀ, ਰਬਾਬ ਮਿਲ ਜਾਏਗੀ, ਦਿਲ ਰਬਾਬ ਮਿਲ ਜਾਏਗੀ, ਆਹ ਨਾਨਕ ਸ਼ਾਹੀ ਰਬਾਬ ਹੈ, ਇਹ ਅਫਗਾਨੀ ਰਬਾਬ ਹੈ। ਕੀ ਫਰਕ ਹੁੰਦਾ ਜੀ ਨਾਨਕ ਸ਼ਾਹੀ ਵਿੱਚ ਤੇ ਅਫਗਾਨੀ? ਨਾਨਕ ਸ਼ਾਹੀ ਥੋੜ੍ਹੀ ਜਿੱਦਾਂ ਸਾਈਜ਼ ਵਿੱਚ ਵੱਡੀ ਵੀ ਹੁੰਦੀ ਥੱਲਿਓ, ਗੁਲਾਈ ਵਿੱਚ ਵੀ ਹੁੰਦੀ। ਅਫਗਾਨੀ ਜਿਹੜੀ ਕਿ ਆਹ ਦੇਖ ਸਕਦੇ ਹੋ ਤੁਸੀਂ, ਇਹਦੀ ਸ਼ੇਪ ਜਿੱਦਾਂ ਥੋੜ੍ਹੀ ਲੰਬੇਦਾਰ ਦੀ ਹੁੰਦੀ ਹੈ ਅਤੇ ਸਾਈਜ਼ ਥੋੜ੍ਹਾ ਛੋਟਾ ਹੁੰਦਾ। ਇਹ ਹੈਗੀ ਜੀ ਨਾਨਕ ਸ਼ਾਹੀ ਰਬਾਬ, ਡਿਫਰੈਂਸ ਸਾਰਾ ਹੀ ਮਤਲਬ ਟੋਟਲੀ ਆ ਜਾਂਦਾ, ਅਤੇ ਆਹ ਜਿੱਦਾਂ ਤਾਰਾਂ ਦਾ ਵੀ ਫਰਕ ਪੈ ਜਾਂਦਾ ਅਤੇ ਆਹ ਗੁਲਾਈ ਦਾ ਵੀ ਫਰਕ ਹੈ, ਲੰਬਾਈ ਦਾ ਵੀ ਫਰਕ ਹੈ। ਇਹਨੂੰ ਉੱਦਾਂ ਪੰਜਾਬੀ ਰਬਾਬ ਕਹਿੰਦੇ, ਨਾਨਕ ਸ਼ਾਹੀ ਰਬਾਬ ਵੀ ਕਹਿ ਲੈਂਦੇ। ਇਹ 'ਚ ਸਪੈਸ਼ਲ ਵੀ ਮਿਲ ਜਾਏਗੀ? ਹਾਂਜੀ, ਇਹ ਅਸੀਂ ਇੱਕ ਸਪੈਸ਼ਲ ਚੀਜ਼ ਤਿਆਰ ਕਰਵਾਈ ਹੈ ਜੀ, ਇਹ ਅਫਗਾਨੀ ਰਬਾਬ ਹੈ, ਬਹੁਤ ਸਪੈਸ਼ਲ ਹੈ, ਇਹਦਾ ਸਾਰਾ ਨੈਚੁਰਲ ਬਿਲਕੁਲ ਦੇਖੋ, ਪੂਰੀ ਹੱਥ ਕਢਾਈ ਹੋਈ ਆ, ਮਤਲਬ ਉਹ ਵੀ ਲੱਕੜ ਦੀ, ਪੂਰੀ ਚੰਗੀ ਤਰ੍ਹਾਂ ਡਿਜ਼ਾਈਨ ਹੈਗਾ, ਪ੍ਰੋਫੈਸ਼ਨਲ ਖਾਸ ਸਪੈਸ਼ਲ ਚੀਜ਼ ਆ, ਜਿੱਥੇ ਕਹੋਗੇ ਉੱਥੇ ਪਹੁੰਚਾ ਦੇਵਾਂਗੇ। ਤਾਨਪੁਰਾ ਹੋ ਗਿਆ, ਰਬਾਬ ਹੋ ਗਈ, ਅਫਗਾਨੀ ਰਬਾਬ ਸਪੈਸ਼ਲ ਹੋ ਗਈ, ਉਹ ਆਮ ਹੋ ਗਈ, ਪੰਜਾਬੀ ਨਾਨਕ ਸ਼ਾਹੀ ਰਬਾਬ ਹੋ ਗਈ, ਸਾਰਾ 37 ਸਾਜ਼ ਤਕਰੀਬਨ ਮਿਲ ਜਾਣਗੇ ਆਪਾਂ ਨੂੰ। ਬਾਕੀ ਵੱਡੇ ਸਾਈਜ਼ ਵਿੱਚ ਬਿਗਨਰ ਲਈ ਆ ਗਿਟਾਰ 1600 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ, ਅਤੇ ਬਿਗਨਰਸ ਲਈ ਵੱਡਾ ਸਾਈਜ਼ ਵੀ ਆ ਜਾਂਦਾ ਹੈ, ਇਲੈਕਟ੍ਰਿਕ ਵੀ ਮਿਲ ਜਾਏਗੀ, ਉਸ ਤੋਂ ਬਾਅਦ ਇੰਪੋਰਟਡ ਆ ਜਾਂਦੀ ਹੈ, ਇੰਪੋਰਟਡ ਵਿੱਚ ਜਿੱਦਾਂ ਜੰਬੋ ਗਿਟਾਰ ਆ ਜਾਂਦੀ ਹੈ ਵੀ ਮਿਲ ਜਾਏਗੀ। ਮੈਂ ਵਰਾਇਟੀ ਸਾਰੀ ਹੈਗੀ ਜੀ? ਹਾਂਜੀ ਬਿਲਕੁਲ ਜੀ, ਅਤੇ ਬੱਚਿਆਂ ਲਈ ਜਿੱਦਾਂ ਛੋਟੇ ਸਾਈਜ਼ ਵਿੱਚ ਆਹ ਵੀ ਮਿਲ ਜਾਣਗੀਆਂ, ਅਤੇ ਇਹ ਮੁੰਡਿਆਂ ਵਾਸਤੇ ਹੋ ਗਈ? ਇਹ ਮੁੰਡਿਆਂ ਵਾਸਤੇ ਹੋ ਗਈ, ਕੁੜੀਆਂ ਵਾਸਤੇ ਵੀ ਮਿਲ ਜਾਏਗੀ, ਜਿੱਦਾਂ ਪਿੰਕ ਕਲਰ ਵਿੱਚ ਹੈ, ਬਾਰਬੀਕਿਊ ਵਾਲੀ, ਹਾਂਜੀ ਹਾਂਜੀ, ਔਰ ਨਾਲ ਪਿਆਨੋ ਵਗੈਰਾ ਵੀ ਸਾਰਾ ਕੁਝ, ਪਿਆਨੋ ਵੀ ਮਿਲ ਜਾਣਗੇ, ਉੱਚ 3-4 ਸਾਈਜ਼ ਹੁੰਦੇ ਆ ਜਿਹੜੇ ਕਿ ਮਿਲ ਜਾਣਗੇ, ਨਾਲ ਮਾਈਕ ਵੀ ਹੁੰਦਾ ਹੁੰਦੇ ਬੱਚਿਆਂ ਲਈ। ਕਿਆ ਬਾਤ ਹੈ, ਮੈਂ ਹੋਮ ਡੈਕੋਰ ਦਾ ਵੀ ਸਮਾਨ ਮਿਲਦਾ, ਨਾਲ ਨਾਲ 뮤직 ਪ੍ਰੋਡਕਟ ਵੀ, ਪਰ ਇੱਕ ਮੈਂ ਬਾਹਰ ਆਉਂਦੇ ਸਾਰੀ ਛੋਟੇ ਤਬਲੇ ਦੇਖੇ ਸੀਗੇ, ਉਹਨੂੰ ਸ਼ੋ ਪੀਸ ਵੀ ਕਹਿ ਲਓ ਤੁਸੀਂ, ਅਤੇ ਜਿੱਦਾਂ ਛੋਟੇ ਬੱਚੇ ਲਈ ਵੀ ਦੋਵੇਂ ਪਰਪਸ ਲਈ ਯੂਜ਼ ਹੋ ਜਾਏਗਾ। ਸਸਤੀ ਰੇਂਜ 'ਚ ਬੱਚਿਆਂ ਵਾਸਤੇ, ਅਗਰ ਬੱਚਿਆਂ ਨੂੰ ਗਿਫਟ ਕਰਨੀ ਹੋਵੇ, ਜਿੱਦਾਂ ਕੈਸੀਓ ਹੈ, ਕੀਬੋਰਡ ਆ, ਗਿਟਾਰ ਆ ਛੋਟੀ, ਬੱਚਿਆਂ ਦੇ ਵੱਡੇ ਦੇ ਗਿਫਟ ਕਰਨਾ ਹੋਵੇ, ਆਪਾਂ ਇਹ ਕਰ ਸਕਦੇ ਹਾਂ। ਕਿਆ ਢੋਲ ਹੈਗੇ ਆ, ਬਲੈਕ ਸ਼ੀਸ਼ਮ, ਕਾਲਾ ਟਾਲੀ, ਕੱਚਾ ਪੱਕਾ, ਸਾਰੇ ਹਰ ਤਰ੍ਹਾਂ ਦੇ ਢੋਲ ਹੈਗੇ ਜੀ। ਤਬਲੇ ਆ, ਘਰ ਨੂੰ ਡੈਕੋਰੇਟ ਕਰਨਾ ਹੋਵੇ, ਜਿਵੇਂ ਐਨਆਰਬੀ ਲੈ ਕੇ ਜਾਂਦੇ ਆ, ਤੁੰਬੀ ਹੋ ਗਈ, ਕਿਰਪਾਨ ਹੋ ਗਈ, ਤੁੰਬੀ ਹੋ ਗਈ। ਔਰ ਇੱਕ ਮੈਂ ਤੁਹਾਡੇ ਚੈੱਕ ਕਰ ਰਿਹਾ ਜੀ, ਢੋਲ ਦੇ ਉੱਤੇ ਪੂੜੇ ਵੀ ਬੜੇ ਸਪੈਸ਼ਲ ਹੈਗੇ, ਜਿਹੜਾ ਦਿਖਾਉਂਗੇ ਜੀ? ਹਾਂਜੀ ਹਾਂਜੀ, ਕੋਈ ਜਿੱਦਾਂ ਅੱਜ ਕੱਲ੍ਹ ਚੱਲੇ ਆ ਪ੍ਰਿੰਟ ਵਾਲੇ ਪੂੜੇ ਆ, ਘੋੜੇ ਹੋ ਗਏ, ਆਹ ਹੋ ਗਏ ਸ਼ੇਰ ਵਾਲੇ, ਮੈਂ ਡਿਜ਼ਾਈਨ ਇਹਦੇ ਵਿੱਚ ਵੱਖਰੇ ਤੋਂ ਵੱਖਰਾ, ਔਰ ਮੈਂ ਕਿਹਾ ਜੀ ਹਰ ਬੰਦੇ ਦੀ ਚੋਇਸ ਦੇ ਹਿਸਾਬ ਦੇ ਨਾਲ ਲਗਾ ਸਕਦੇ ਆ। ਇਹ ਆਪਣਾ ਘਰ 'ਚ ਕੋਈ ਫੰਕਸ਼ਨ ਹੋਵੇ, ਇਹ 'ਚ ਵਾਇਰਲੈਸ ਮਾਈਕ ਹੈ ਇੱਕ ਨਾਲ, ਅਤੇ ਪੈਨ ਡਰਾਈਵ, ਬਲੂਟੂਥ ਕਾਰਡ, ਸਾਰਾ ਕੁਛ ਹੀ ਲੱਗੂਗਾ ਇਹਦੇ 'ਚ, ਗਿਟਾਰ ਵੀ ਲੱਗ ਜਾਂਦੀ ਹੈ ਇਹਦੇ ਨਾਲ, ਕੈਸੀਓ ਲਾ ਲਓ, ਗਿਟਾਰ ਲਾ ਲਓ, 3 ਮਾਈਕ ਵੀ ਲੱਗ ਜਾਂਦੇ ਆ ਇਹਦੇ ਲੀਡ ਵਾਲੇ, ਅਤੇ ਘਰ ਕੋਈ ਫੰਕਸ਼ਨ ਹੋਵੇ, ਕੁਛ ਹੋਵੇ, ਸਾਰਾ ਕੁਛ ਇਹਦੇ ਨਾਲ ਭੁਗਤਾ ਸਕਦੇ ਹਾਂ ਆਪਾਂ। ਬੈਟਰੀ ਬੈਕਅਪ ਬਹੁਤ ਵਧੀਆ ਇਹਦਾ। ਇਹ ਇੱਕ ਹਾਰਮੋਨੀਅਮ ਅਸੀਂ ਬਹੁਤ ਘੱਟ ਰੇਂਜ 'ਚ ਤਿਆਰ ਕੀਤਾ, ਜਿਵੇਂ ਕੋਈ ਪੁਰਾਣਾ ਸੈਕਿੰਡ ਹੈਂਡ ਲੈਣ ਆਉਂਦਾ, ਕਿਸੇ ਹੱਥ ਨਹੀਂ ਪੈਂਦਾ, ਕੋਈ ਮਾੜਾ ਬੰਦਾ ਆ ਉਹਨੂੰ ਲੈਣਾ ਹੋਵੇ ਨਵਾਂ, 500 ਨਹੀਂ ਖਰਚ ਸਕਦਾ ਉਹ ਡਬਲ ਪੱਖੇ ਦਾ ਵਾਜਾ, ਡਬਲ ਪੱਖੇ ਵਿੱਚ ਸੈਕਿੰਡ ਹੈਂਡ ਜਿਹੜਾ ਲੈਣ ਆਉਂਦਾ ਉਹਨੂੰ ਅਸੀਂ ਨਵਾਂ ਵਾਜਾ ਦੇ ਕੇ ਤੋਰੀਦਾ ਜੀ, ਨਵਾਂ ਪੱਖਾ, ਸਾਰਾ ਕੁਛ ਨਵਾਂ, ਹਵਾ ਫਿਟਿੰਗ ਆ, ਟੋਪ ਦੀ ਚੀਜ਼ ਆ, ਮੈਂ ਸੈਕਿੰਡ ਹੈਂਡ ਰੇਟ ਤੇ ਨਵਾਂ ਵਾਜਾ, ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ? ਨਹੀਂ ਜੀ ਨਹੀਂ, ਬਿਲਕੁਲ ਜੋ ਅੰਦਰਲਾ ਸਿਸਟਮ ਬਿਲਕੁਲ ਲੱਗਾ ਹੋਇਆ, 6500 ਵਾਲੇ ਵਾਜੇ ਵਾਲੇ, ਸਿਰਫ ਇਹਦੀ ਬੋਡੀ ਥੋੜ੍ਹੀ ਜਿਹੀ ਆਪਾਂ ਹਲਕੀ ਬਣਾਉਣ ਕਰਕੇ ਇਹਨੂੰ ਥੋੜ੍ਹਾ ਘੱਟ ਰੇਂਜ ਲਿਆਉਂਦੀ ਇਹਦੀ। ਉਹ ਸਾਹ ਪ੍ਰੋਪਰ ਆ ਜੀ? ਬਿਲਕੁਲ ਜੀ ਬਿਲਕੁਲ, ਆ ਜਿੱਦਾਂ ਮਰਜ਼ੀ।
ਇਹ ਲੇਟੈਸਟ ਕਲਰ ਹੈ ਜੀ, ਇਹ ਖੜੀ ਕੰਗੀ ਦਾ ਹਾਰਮੋਨੀਅਮ ਹੈ। ਇੱਕਦਮ ਲਾਲੀ ਕਰਤੀ ਤੁਸੀਂ, ਉਹ ਲਾਲ ਰੰਗ ਦੇ ਜਿਹੜੇ ਚੈਨਲ ਦਾ ਸਬਸਕ੍ਰਾਈਬ ਬਟਨ ਆ ਉਹਨੂੰ ਵੀ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਔਰ ਖੋਲ੍ਹਦੇ ਸਾਰ ਹੀ ਤੁਹਾਨੂੰ ਪਿਆਰ ਹੋ ਜਾਏਗਾ ਇਹਨੂੰ ਦੇਖ ਕੇ। ਕਹਿੰਦੇ ਸੱਤੇ ਨੂੰ ਪਰਮਾਨ ਦੀ ਲੋੜ ਨਹੀਂ ਹੈਗੀ। ਪ੍ਰੋਫੈਸ਼ਨਲ ਸਟੇਜ ਤੇ, ਸਟੇਜ ਤੇ ਜਿਹੜਾ ਤੇ ਇਹ ਕੀ ਰੇਂਜ ਤੋਂ ਸ਼ੁਰੂਆਤ ਹੁੰਦੀ ਹੈ ਜੀ? ਇਹ ਤਕਰੀਬਨ 16-16 ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦੀ ਖੜੀ ਕੰਗੀ ਹਰਮੋਨੀਅਮ। ਸਾਹ ਬੜਾ ਉੱਚਾ ਇਹਦਾ, ਹੈ ਨਾ? ਹਾਂ, ਕੁਆਲਿਟੀ ਆ ਹਰਮੋਨੀਅਮ ਨਵੇਂ, ਤੁਸੀਂ ਦੇਖ ਹੀ ਰਹੇ ਹੋ। ਇਸ ਤੋਂ ਇਲਾਵਾ ਅਸੀਂ ਕੋਈ ਰਿਪੇਅਰ ਨੂੰ ਆ ਜਾਵੇ, ਜਿਵੇਂ ਕੋਈ ਹਰਮੋਨੀਅਮ ਹੈ, ਹਰਮੋਨੀਅਮ ਹੋ ਗਿਆ, ਤਬਲਾ ਹੋ ਗਿਆ, ਪੂਰਾ ਫਟ ਜਾਵੇ, ਉਹਨੂੰ ਰਿਪੇਅਰ ਵੀ ਪੂਰੀ ਤਸੱਲੀ ਨਾਲ ਕਰਕੇ ਦੇਈਦਾ। ਹਰਮੋਨੀਅਮ ਵੀ ਇੱਥੇ ਆਪਾਂ ਤਸੱਲੀ ਨਾਲ ਕਰਦੇ ਹਾਂ, ਢੋਲ ਢੋਲਕ ਢੋਲਕ ਵੀ ਹੋਵੇ ਉਹਨੂੰ ਪੂਰਾ ਪੂੜੇ ਪੂੜੇ ਪਾ ਕੇ, ਟਿਊਨਿੰਗ ਹਰਮੋਨੀਅਮ ਦੀ ਬਹੁਤ ਬੈਸਟ ਬੇਟਾ ਕਰਦਾ ਆ। ਅਤੇ ਮਤਲਬ ਕਹਿਣ ਦਾ ਬਾਬਾ, ਨਵੇਂ ਵੀ ਇੰਸਟਰੂਮੈਂਟ ਮਿਲੂਗੇ ਔਰ ਪਿਛਲੇ ਵਾਲੇ ਜਿਹੜੇ ਖਰਾਬ ਹੋ ਚੁੱਕੇ ਉਹ ਵੀ ਰਿਪੇਅਰ ਹੋਊਗੇ? ਬਿਲਕੁਲ, ਤਸੱਲੀ ਨਾਲ ਹੋਣਗੇ। ਇਹ ਢੋਲਕੀ ਆ ਜੀ, ਜੇ ਕਿੱਦਾਂ ਬਾਹਰ ਵੀ ਲਿਜਾਂਦੇ ਆ ਕੋਈ NRI ਆ ਕੇ ਬਾਹਰ ਵੀ, ਛੋਟੀ ਢੋਲਕੀ ਚਾਹੀਦੀ ਉਹਨਾਂ ਨੂੰ ਬਾਹਰ ਲਿਜਾਣ ਵਾਸਤੇ, ਵੇਟ ਵੀ ਵਜਨ ਵੀ ਘੱਟ ਹੋਵੇ ਅਤੇ ਖਰਚਾ ਵੀ ਘੱਟ ਆਵੇ ਇਹਦਾ। ਅਤੇ ਇਹ ਵੀ ਆਪਾਂ ਇਹਦੇ ਵਾਸਤੇ ਵੀ ਪੂਰਾ ਰੇਂਜ ਆਪਣੇ ਕੋਲ। ਔਰ ਆ ਨੀਚੇ ਪ੍ਰੋਫੈਸ਼ਨਲੀ, ਪ੍ਰੋਫੈਸ਼ਨਲ ਹੈ, ਸ਼ੀਸ਼ਮ ਦੀ ਢੋਲਕੀ, ਕਢਾਈ ਵਾਲੀ ਢੋਲਕੀ ਆ, ਸਪੈਸ਼ਲ ਪੁੜੇ ਆ ਸਟੂਡੀਓ। ਲੋਕੇਸ਼ਨ ਸਾਡੀ ਹੈਗੀ ਹੈ ਜੀ ਆਪਣਾ ਭਗਤ ਸਿੰਘ ਚੌਂਕ ਵੱਲੋਂ ਆਓ ਅਤੇ ਸਟੇਟ ਬੈਂਕ ਦੇ ਸਾਹਮਣੇ ਥੋੜ੍ਹਾ ਨਾਲ ਸਾਈਕਲਾਂ ਦੀ ਦੁਕਾਨ ਆ, ਉਹਦੇ ਬਿਲਕੁਲ ਸਾਹਮਣੇ ਇੱਕ ਆਲ ਮਿਊਜ਼ਿਕ ਉਸ ਦੁਕਾਨ ਤੁਹਾਨੂੰ ਮਿਲ ਜਾਏਗੀ, ਭਗਤ ਸਿੰਘ ਚੌਂਕ ਤੋਂ ਸਟੇਸ਼ਨ ਦੇ ਬਿਲਕੁਲ ਵਿਚਕਾਰ ਆਉਂਦੀ ਆਪਣੀ। ਅਤੇ ਇੱਕ ਵਾਰ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ। 9885-22-4। ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ, ਸਾਡੇ ਕੋਈ ਵਾਰੀ ਕਸਟਮਰ ਹੁੰਦਾ ਅਤੇ ਸਾਨੂੰ ਫੋਨ ਚੱਕਣ ਦਾ ਟਾਈਮ ਨਹੀਂ ਹੁੰਦਾ ਸਾਡੇ ਕੋਲ, ਜਿਹਨੇ ਵੀ ਗੱਲ ਕਰਨੀ ਹੋਏ ਨਾ ਆਪਣੇ ਵਟਸਐਪ 'ਤੇ ਲਿਖ ਕੇ ਕਰ ਸਕਦੇ ਹੋ, ਜ਼ਿਆਦਾ ਵਧੀਆ ਰਹੂਗਾ। ਹੁਣ ਤੁਹਾਡੇ ਸਾਹਮਣੇ ਜਿੱਦਾਂ ਰਿਪੇਅਰਿੰਗ ਵਾਸਤੇ ਪੂੜਾ ਆ, ਸਾਰਾ ਕੁਛ ਇੱਥੇ ਪੈ ਜਾਂਦਾ ਜੀ, ਢੋਲਕ ਦਾ ਪੂੜਾ ਹੋਵੇ, ਤਬਲੇ ਦਾ ਪੂੜਾ ਹੋਵੇ, ਸਾਰੀਆਂ ਚੀਜ਼ਾਂ ਇੱਥੇ ਰਿਪੇਅਰ ਹੋ ਜਾਂਦੀਆਂ। ਅਤੇ ਇਹਦੇ ਨਾਲ ਹੀ ਅਸੀਂ ਵਲੋਗ ਨੂੰ ਕਰਦੇ ਹਾਂ ਖਤਮ। ਇੱਕ ਹੀ ਬਾਤ ਕਹਿਣਾ ਚਾਹੋ, ਬੜੀਆ ਸੇ ਤਬਲੇ ਔਰ ਬੜੀਆ ਸੇ ਮਿਊਜ਼ਿਕ ਇੰਸਟਰੂਮੈਂਟ ਆਪਕੋ ਯਹਾਂ ਪਰ ਮਿਲਣ ਵਾਲੇ ਹੈ ਅਕਾਲ ਮਿਊਜ਼ਿਕ ਹਾਊਸ ਪਰ। ਤੋ ਆਨਾ ਜਲੰਧਰ ਮੇਂ ਰੇਲਵੇ ਸਟੇਸ਼ਨ ਕੇ ਪਾਸ, ਔਰ ਟਰਾਈ ਕਰਨਾ, ਔਰ ਹਮ ਐਸੀ ਬੜੀਆ ਬੜੀਆ ਵੀਡੀਓ ਲੇਕਰ ਆਤੇ ਰਹੇਂਗੇ। ਸੋ ਟਿਲ ਦੈਨ ਟੇਕ ਕੇਅਰ, ਗੁੱਡ ਬਾਏ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।